ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ FCI ਵੱਲੋਂ 5043 ਪੋਸਟਾਂ ਸੰਬੰਧੀ ਜਾਰੀ ਕੀਤੇ ਗਏ ਅਫੀਸ਼ੀਅਲ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹਾ ਹਾਂ ਸੋ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਜੋ ਤਾਕੀਦ ਹੈ ਕਿ ਐਜ਼ ਅ ਲਿਮਟ ਅਤੇ ਹੋਰ ਬਾਕੀ ਸ਼ਰਤਾਂ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ FCI ਵੱਲੋਂ ਅਨਾਉਂਸ ਕੀਤੇਆਂ ਗਈਆਂ 5043 ਪੋਸਟਾਂ ਵਿੱਚ JE ਸਿਵਲ ਇੰਜੀਨੀਅਰ ਇਲੈਕਟ੍ਰੀਕਲ ਸਟੈਨੋ ਕੈਡਰ AG3 ਜਰਨਲ AG3 ਅਕਾਊਂਟੈਂਟ ਅਤੇ ਹੋਰ ਵੱਖ-ਵੱਖ ਪੋਸਟਾਂ ਸੰਬੰਧੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਦੋਸਤੋ ਦੇਖarina ਪੋਸਟਾਂ ਦੀ ਕੁਆਲਿਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਜੇਈ ਸਿਵਲ ਦੀ ਪੋਸਟ ਲਈ ਡਿਗਰੀ ਜਾਂ ਸਿਵਲ ਵਿੱਚ ਡਿਪਲੋਮਾ ਕਰ ਚੁੱਕੇ ਅਤੇ 1 ਸਾਲ ਦਾ ਤਜਰਬਾ ਰੱਖਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਇਸੇ ਤਰ੍ਹਾਂ ਜੇਈ ਇਲੈਕਟ੍ਰੀਕਲ ਮਕੈਨਿਕਲ ਦੀਆਂ ਪੋਸਟਾਂ ਲਈ ਡਿਗਰੀ ਜਾਂ ਡਿਪਲੋਮਾ ਕਰ ਚੁੱਕੇ ਕੈਂਡੀਡੇਟ ਅਪਲਾਈ ਕਰ ਸਕਣਗੇ ਇਸੇ ਦਾ ਜਿਹੜੇ ਕੈਂਡੀਡੇਟ ਏਜੀ ਥਰਡ ਜਰਨਲ ਦੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਕੋਲ ਕਿਸੇ ਵੀ ਫੀਲਡ ਵਿੱਚ ਡਿਗਰੀ ਪਾਸ ਕੀਤੀ ਹੈ ਉਹ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਏਜੀ ਅਕਾਊਂਟੈਂਟ ਦੀ ਪੋਸਟ ਲਈ ਬੀਕਾਮ ਕਰ ਚੁੱਕੇ ਕੈਂਡੀਡੇਟ ਅਪਲਾਈ ਕਰ ਸਕਣਗੇ ਏਜੀ ਟੈਕਨੀਕਲ ਦੀ ਪੋਸਟ ਲਈ ਬੀਐਸਸੀ ਐਗਰੀਕਲਚਰ ਪਾਸ ਕਰ ਚੁੱਕੇ ਕੈਂਡੀਡੇਟ ਅਪਲਾਈ ਕਰ ਸਕਣਗੇ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਦੀ ਐਪਲੀਕੇਸ਼ਨ ਫੀਸ ਦੀ ਗੱਲ ਕੀਤੀ ਜਾਦਾ ਜਿਹੜੇ ਕੈਂਡੀਡੇਟ ਐਸਸੀ ਐਸਟੀ ਪੀਡਬਲਯੂ ਬੀਡੀ ਐਕਸ ਸਰਵਿਸਮੈਨ ਜਾਂ ਊਮੈਨ ਕੈਂਡੀਡੇਟ ਹਨ ਉਹਨਾਂ ਲਈ ਕੋਈ ਫੀਸ ਨਹੀਂ ਰਹੇਗੀ ਜਦ ਕਿ ਬਾਕੀ ਕੈਟਾਗਰੀ ਲਈ 500 ਰੁਪਏ ਫੀਸ ਰੱਖੀ ਗਈ ਹੈ ਜਿਸ ਵਿੱਚ ਬੈਂਕ ਚਾਰਜਸ ਅਲੱਗ ਤੋਂ ਇਨਕਲੂਡ ਹੋਣਗੇ ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦਾ ਫਸਟ ਫੇਜ਼ ਆ ਤੇ ਸੈਕੰਡ ਫੇਜ਼ ਵਿੱਚ ਔਨਲਾਈਨ ਟੈਸਟ ਲਿਆ ਜਾਵੇਗਾ ਸੋ FCI ਵੱਲੋਂ ਅਨਾਉਂਸ ਕੀਤੀਆਂ ਗਈਆਂ ਇਹਨਾਂ ਪੋਸਟਾਂ ਲਈ ਔਨਲਾਈਨ ਐਪਲੀਕੇਸ਼ਨ ਫਾਰਮ ਸਟਾਰਟ ਹੋ ਚੁੱਕੇ ਹਨ ਸੋ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਦੀ ਲਾਸਟ ਡੇਟ 5 ਅਕਤੂਬਰ 2022 ਸ਼ਾਮ 4 ਵਜੇ ਤੱਕ ਰਹੇਗੀ ਸੋ ਦੋਸਤੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਲੋੜੀਂਦੀ ਯੋਗਤਾ ਰੱਖਦੇ ਹਨ ਜਿਵੇਂ ਕਿ ਸਿਵਲ ਮੈਕੈਨੀਕਲ ਇਲੈਕਟ੍ਰੀਕਲ ਵਾਚ ਡਿਗਰੀ ਜਾਂ ਡਿਪਲੋਮਾ ਜਾਂ ਬੀਏ ਬੀਕੋਮ ਜਾਂ ਐਸ ਦੇ ਬਰਾਬਰ ਦੀ ਯੋਗਤਾ ਰੱਖਦੇ ਹਨ ਉਹ ਕੈਂਡੀਡੇਟ FCI ਦੀ ਅਫੀਸ਼ੀਅਲ ਵੈੱਬਸਾਈਟ www.fci.gov.in ਤੇ ਜਾ ਕੇ ਆਨਲਾਈਨ ਮੋਡ ਰਾਹੀਂ ਅਪਲਾਈ ਕਰ ਸਕਣਗੇ ਸੋ ਦੋਸਤੋ ਇਹਨਾ ਪੋਸਟਰ ਸੰਬੰਧੀ ਹੋਰ ਵੀ ਤੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਸੋ ਦੋਸਤੋ ਵੀਡੀਓ ਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ